हां जी स्वागत है जी ਤੁਹਾਡਾ ਇੱਕ ਵਾਰੀ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ Jobs 시ਗੇ India ਤੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਤੇ ਪਹਿਲੀ ਵਾਰ ਵੀ ਕੀਤਾ ਤੇ ਚੈਨਲ ਨੂੰ ਤੁਸੀਂ ਹਜੇ ਤੱਕ ਸਬਸਕ੍ਰਾਈਬ ਕਰਕੇ ਨਹੀਂ ਰੱਖਿਆ ਤਾਂ ਵੀਡੀਓ ਦੇ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਵਾਲਾ ਬਟਨ ਦਿਖ ਜਾਊਗਾ ਜੀ ਉਸ ਨੂੰ ਦਬਾ ਦੇਣਾ ਤੇ ਨਾਲ ਹੀ ਸਕੇਂਡੀ ਵਾਲਾ ਬਟਨ ਵੀ ਆ ਜਾਵੇਗਾ ਉਸ ਨੂੰ ਵੀ ਦਬਾ ਦੇਣਾ ਤਾਂ ਕਿ ਇਨ ਫਿਊਚਰ ਜਦੋਂ ਵੀ ਮੈਂ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂ ਜੀ ਸਭ ਤੋਂ ਪਹਿਲਾਂ ਲਾਈਫਟਾਈਮ ਲਈ ਉਸ ਦਾ ਫ੍ਰੀ ਵਿੱਚ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਲੋੜੀ ਦੀਆਂ ਜੀ ਲੱਖ ਲੱਖ ਮੁਬਾਰਕਾਂ ਅਤੇ ਨਾਲ ਹੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਇੱਕ ਜਾਣਕਾਰੀ ਹੋਰ ਦੇਵਾਂਗਾ ਜੀ ਬਹੁਤ ਸਾਰੇ ਈਵਰਸ ਨੇ ਜਿਹੜੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਵੀਡੀਓ ਉਹਨਾਂ ਦੁਆਰਾ ਦੇਖੀ ਜਾ ਰਹੀ ਹੈ 67% ਲੋਕ ਜਿਹੇ ਨੇ ਜੀ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤੇ ਜਿਆਦਾ ਟਾਈਮ ਵੇਸਟ ਨਾ ਕਰਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਅੱਜ ਦੀ ਇਸ ਵੀਡੀਓ ਵਿੱਚ ਮੈਂ ਜਾਣਕਾਰੀ ਦੇਵਾਂਗਾ ਜੀ ਪੰਜਾਬ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਜਿਹੜੀਆਂ ਜੀ ਸਕੂਲਾਂ ਦੇ ਵਿੱਚ ਭਰਤੀ ਕੀਤੀ ਜਾ ਰਹੀ ਹੈ ਰਿਕਰੂਟਮੈਂਟ ਆਫ ਮਾਸਟਰ ਕੈਡਰ ਟੀਚਰਸ 2020 ਦੇ ਵਿੱਚ ਜਿਹੜੀਆਂ ਪੋਸਟਾਂ ਆਈਆਂ ਸੀ ਜੀ ਇਸ ਦੇ ਰਿਗਾਰਡਿੰਗ ਜਿਹੜਾ ਪੇਪਰ ਹੈ ਜੀ ਉਹ ਹੋ ਚੁੱਕਿਆ ਹੈ ਤੇ ਹੁਣ ਜਿਹੜੀ ਉਸ ਦੀ ਆਫੀਸ਼ੀਅਲੀ ਅਨਸਰ ਕੀ ਹੈ ਜੀ ਬੋਰਡ ਦੀ ਆਫੀਸ਼ੀਅਲੀ ਵੈਬਸਾਈਟ ਦੇ ਉੱਪਰ ਜਿਹੜੀ ਅਪਡੇਟ ਕਰ ਦਿੱਤੀ ਗਈ ਹੈ ਇੰਗਲਿਸ਼ ਹਿੰਦੀ ਮੈਥ ਪੰਜਾਬੀ ਸੋਸ਼ਲ ਸਾਇੰਸ ਅਤੇ ਸੋਸ਼ਲ ਸਟੱ ਆ ਆਨਸਰ ਗੀਜ਼ ਨੇ ਅਪਡੇਟ ਕਰ ਦਿੱਤੀ ਹੈ ਜੀ ਆਫੀਸ਼ੀਅਲੀ ਵੈਬਸਾਈਟ ਦੇ ਉੱਪਰ ਜਿਵੇਂ ਹੀ ਕਟ ਮਾਰਕਸ ਇਸ ਦੇ ਰਿਗਾਰਡਿੰਗ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਉੱਪਰ ਹੀ ਅਪਡੇਟ ਕੀਤਾ ਜਾਵੇਗਾ ਤੇ ਨਾਲ ਹੀ ਜਿੰਨਾ ਜਦੋਂ ਹੀ ਇਸ ਦੇ ਰਿਗਾਰਡਿੰਗ ਰਿਜ਼ਲਟ ਦੀ ਅਪਡੇਸ਼ਨ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਉਂਦੀ ਹੈ ਜਾਂ ਮੈਰਿਟ ਲਿਸਟ ਆਵੇਗੀ ਜੀ ਉਸ ਤੋਂ ਪਹਿਲਾਂ ਹੀ ਤੁਹਾਨੂੰ ਜਿਹੜਾ ਹੈ ਇਸ ਚੈਨਲ ਦੇ ਉੱਪਰ ਜਾਣਕਾਰੀ ਅਸੀਂ ਦੇ ਦੇਵਾਂਗਾ ਕਿ ਕਦੋਂ ਤੱਕ ਇਹ ਜਾਣਕਾਰੀ ਆਵੇਗੀ ਤੇ ਸਭ ਤੋਂ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਤੇ ਆਪਣੇ ਫਰੈਂਡਸ ਦੇ ਵਿੱਚ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਤੁਸੀਂ ਸ਼ੇਅਰ ਕਰਨਾ ਜੀ ਥੈਂਕ ਯੂ ਫਰ